ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ ਸਿਟੀ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਓ ਸਤਿ ਸ਼੍ਰੀ ਅਕਾਲ ਜੀ ਸਿਟੀ ਲਾਈਵ ਕਰਨ ਨੂੰ ਅੱਜ ਇੱਕ ਵਾਰ ਫੇਰ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਹਲਕਾ ਦੱਖਤ ਦੇ ਬਲੌਕ ਸਿਧਵਾ ਬੇਟ ਦੇ ਪਿੰਡ ਖੰਜਰਵਾਲ ਦੇ ਮੌਜੂਦਾ ਸਰਪੰਚ ਬੀਬੀ ਹਰਜਿੰਦਰ ਕੌਰ ਜੀ ਦੇ ਨਾਲ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੇ ਕਿ ਬੀਬੀ ਹਰਜਿੰਦਰ ਕੌਰ ਜੀ ਨੂੰ ਸਪੰਚੀ ਦੇ ਕੰਮਾਂ ਕਾਰਾਂ ਦੇ ਵਿੱਚ ਸਹਿਯੋਗ ਕਰਦੇ ਨੇ ਉਹਨਾਂ ਦੇ ਪਤੀ ਸਰਦਾਰ ਹਰਬੰਸ ਸਿੰਘ ਜੀ ਔਰ ਹਰਬੰਸ ਸਿੰਘ ਜੀ ਦੀ ਖੋਬੀ ਇਹ ਹੈ ਕਿ ਸਾਬਕਾ ਪੰਚਾਇਤ ਦੇ ਸਮੇਂ ਹਰਬੰਸ ਸਿੰਘ ਜੀ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰ ਪੰਚਾਇਤ ਰਹਿ ਚੁੱਕੇ ਨੇ ਆਓ ਗੱਲਬਾਤ ਕਰਦੇ ਆਂ ਬੀਬੀ ਹਰਜਿੰਦਰ ਕੌਰ ਜੀ ਦੇ ਨਾਲ ਉਹਨਾਂ ਦੇ ਪਤੀ ਸਰਦਾਰ ਹਰਬੰਸ ਸਿੰਘ ਜੀ ਦੇ ਨਾਲ ਪਿੰਡ ਦੇ ਵਿਕਾਸ ਕੰਮਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਸਿੱਟੀ ਲਾਈਵ ਕਰਨੇ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀਬੀ ਹਰਜਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਪਿੰਡ ਦੀ ਉਸ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡੇ ਨਾਲ ਤੁਹਾਡੀ ਸਰਪੰਚੀ ਦੀ ਜਦੋਂ ਤੁਹਾਡੇ ਪਿੰਡ ਵਾਸੀਆਂ ਨੇ ਤੁਹਾਨੂੰ ਸਰਪੰਚੀ ਦਾ ਅਹੁਦਾ ਦਿੱਤਾ ਤਾਂ ਉਸ ਦਿਨ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਸੀ ਅਸੀਂ ਜੀ ਬਹੁਤ ਮਾਣ ਮਹਿਸੂਸ ਕਰ ਰਹੇ ਸੀਗੇ ਬਹੁਤ ਜਾਨਦੀ ਸੀ ਵੀ ਮੈਂ ਪਿੰਡ ਦਾ ਕੰਮ ਬਹੁਤ ਵਧੀਆ ਨ ਕਰਾਂਗੀ ਸੀ ਤੇ ਜਾਨਦੀ ਬਹੁਤ ਮਾਣ ਮਹਿਸੂਸ ਹਰਬੰਸੀ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਪਿੰਡ ਖੰਜਰਵਾਲ ਦੀ ਤੇ ਜਦੋਂ ਸਰਪੰਚੀ ਦਾ ਸਮਾਂ ਆਉਂਦਾ ਤਾਂ ਆਲਮੋਸਟ ਸਾਰੇ ਜੈਂਟਸ ਨੂੰ ਇਹੀ ਹੁੰਦਾ ਕਿ ਅਸੀਂ ਸਰਪੰਚੀ ਲੜਾਂਗੇ ਪਰ ਜਿਸ ਤਰ੍ਹਾਂ ਹੀ ਪਿੰਡ ਖੰਜਰਵਾਲ ਦੀ ਜਿਹੜੀ ਹੈ ਪਿੰਡ ਹੈਗਾ ਸੀ ਰਿਜ਼ਰਵ ਮੈਲਾ ਦਾ ਦਿੱਤਾ ਗਿਆ ਔਰ ਬੀਬੀ ਦੀ ਝੋਲੀ ਵਿੱਚ ਇਹ ਜਿੱਤ ਬਈ ਉਸ ਦਿਨ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਉਦੋਂ ਸਾਨੂੰ ਉਸ ਦਿਨ ਬਹੁਤ ਖੁਸ਼ੀ ਸੀਗੀ ਸੀ ਸਾਨੂੰ ਇਹ ਸੀ ਚਲੋ ਅਸੀਂ ਬਣੇ ਆ ਅਸੀਂ ਪਿੰਡ ਦਾ ਕੁਝ ਵਧੀਆ ਸੁਧਾਰ ਕਰਾਂਗੇ ਜੀ ਵਧੀਆ ਕੰਮ ਕਰਾਂਗੇ ਜਿਵੇਂ ਸਾਨੂੰ ਲੋਕਾਂ ਨੇ ਸਹਿਯੋਗ ਦਿੱਤਾ ਜੀ ਅਸੀਂ ਉਸੇ ਤਰ੍ਹਾਂ ਸਾਨੂੰ ਕੰਮ ਕਰਕੇ ਪਿੰਡ ਦਾ ਬਹੁਤ ਖੁਸ਼ੀ ਆਉਂਦੀ ਹੈ ਕਿੱਥੇ ਦਾ ਸਰਪੰਚੀ ਦਾ ਸੁਪਨਾ ਸੀ ਤੁਹਾਡਾ ਪਰ ਸੀਟ ਮਹਿਲਾ ਹੋਣ ਕਰਕੇ ਪਿੰਡ ਮਹਿਲਾ ਦਾ ਖਾਤੇ ਚ ਆਣ ਕਰਕੇ ਇਹ ਝੋਲੀ ਵਿੱਚ ਪੈ ਗਈ ਸਰਪੰਚੀ ਬੀਬੀ ਜੀ ਦੇ ਤੇ ਆਪਾਂ ਕੀ ਮਹਿਸੂਸ ਕਰਿਆ ਫਿਰ ਆਪਾਂ ਨੂੰ ਤਾਂ ਇਹੀ ਸੀਗਾ ਜੀ ਚ ਆਪਾਂ ਨੂੰ ਸਰਪੰਚੀ ਦਾ ਸੀਗਾ ਜੀ ਚਲੋ ਕੋਈ ਗੱਲ ਨਹੀਂ ਜੇ ਬੀਬੀ ਜੀ ਦੇ ਝੋਲੀ ਪੈ ਗਈ ਸਾਨੂੰ ਕੋਈ ਫਰਕ ਨਹੀਂ ਜੀ ਹਾਂਜੀ ਮੈਨੂੰ ਆਵਾ ਵੀ ਚਲੋ ਇਹਨਾਂ ਦਾ ਸੰਯੋਗ ਕਰਦੇ ਆ ਜੀ ਰਲ ਮਿਲ ਕੇ ਅਸੀਂ ਦੋਨੇ ਕੰਮ ਕਰਦੇ ਆ ਜੀ ਪਿੰਡ ਦਾ ਜੀ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ ਸਾਰਾ ਪਿੰਡ ਵੀ ਸਾਡਾ ਸਾਥ ਦਿੰਦਾ ਜੀ ਸਾਰੀ ਪੰਚਾਇਤ ਸਾਡਾ ਸਾਥ ਦਿੰਦੀ ਹੈ ਜੀ ਅਸੀਂ ਇਹੀ ਚਾਹੁੰਦੇ ਆ ਜੀ ਗਾਂ ਵੀ ਸਾਡਾ ਕੰਮ ਵਧੀਆ ਹੋਵੇ ਸਾਡਾ ਸੁਪਨਾ ਸੀਗਾ ਜੀ ਜਰੂਰ ਜੇ ਇੱਕ ਵਾਰ ਅਸੀਂ ਪਿੰਡ ਦੇ ਸਰਪੰਚ ਬਣੀਏ ਤਾਂ ਲੋਕਾਂ ਨੂੰ ਦੱਸਿਓ ਜੀ ਕੰਮ ਕਿਵੇਂ ਹੁੰਦਾ ਵਾ ਜੀ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਪਿੰਡ ਦੀ ਤੁਹਾਡੇ ਪਿੰਡ ਦੀ ਕੁੱਲ ਤੁਹਾਡੀ ਸਰਪੰਚੀ ਵੇਲੇ ਕਿੰਨੀਆਂ ਵੋਟਾਂ ਭੁਗਤੀਆਂ ਸਾਡੇ ਵੋਟਾਂ ਭੁਗਤੀਆਂ ਜੀ 684 ਵੋਟਾਂ ਔਰ ਬੀਬੀ ਜੀ ਨੇ ਕਿੰਨੀਆਂ ਵੋਟਾਂ ਤੋਂ ਲੀਡ ਕੀਤੀ 84 ਵੋਟਾਂ ਜੀ ਲੀਡ ਔਰ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਸਾਬਕਾ ਪੰਚਾਇਤ ਦੀ ਕਿ ਇਸ ਸਮੇਂ ਤੁਹਾਡੀ ਸਾਬਕਾ ਪੰਚਾਇਤ ਤੁਹਾਡੀ ਮੌਜੂਦਾ ਪੰਚਾਇਤ ਨੂੰ ਸਹਿਯੋਗ ਕਰਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਕਰਦੀ ਹੈ ਸਾਰੇ ਨਾਲ ਮਿਲ ਕੇ ਚੱਲਦੇ ਆ ਜੀ ਸਾਡੇ 'ਚ ਕੋਈ ਫਰਕ ਨਹੀਂਗਾ ਜੀ ਹਾਂ ਜੀ ਅਰ ਤੁਹਾਡੀ ਪਿੰਡ ਖੰਜਰਵਾਲ ਦੀ ਪੰਚਾਇਤੀ ਜ਼ਮੀਨ ਜਿਸ ਤੋਂ ਆਮਦਨ ਹੈ ਉਹ ਕਿੰਨੀ ਹੈ ਉਹ ਤਕਰੀਬਨ 14-15 ਕਿੱਲੇ ਆ ਜੀ ਉਹ ਵੈਸੇ ਲੋਕਾਂ ਦੇ ਵਿੱਚ ਵੰਡੀ ਹੋਈ ਆ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਲੋਕਾਂ ਨੇ ਲੋਕ ਕੇਸ ਜਿੱਤ ਗਏ ਸੀ ਚਲੋ ਹਜੇ ਦਖਲ ਤਾਂ ਨਹੀਂ ਮਿਲਿਆ ਬੋਲਦੀ ਪੰਚਾਇਤ ਨਾ ਹੀ ਆ ਉਹ ਲੋਕ ਆਪੋ ਆਪਣੀ ਵੰਡ ਕੇ ਵਾਹੀ ਕਰੀ ਜਾਂਦੇ ਆ ਜੀ ਸਾਨੂੰ ਆਮਦਨ ਕੋਈ ਨਹੀਂ ਹੈਗੀ ਜੀ ਪਿੰਡ ਤੋਂ ਜੇਕਰ ਗੱਲ ਕੀਤੀ ਜਾਵੇ ਸਾਬਕਾ ਪੰਚਾਇਤ ਦੀ ਤਾਂ ਤੁਹਾਨੂੰ ਤੁਹਾਨੂੰ ਜਾਣਕਾਰੀ ਹੈ ਕਿ ਸਾਬਕਾ ਪੰਚਾਇਤ ਨੂੰ ਪਿਛਲੇ 5 ਸਾਲ ਦੇ ਵਿੱਚ ਸਰਕਾਰ ਕੰਨੀਓ ਕਿੰਨੀ ਗ੍ਰਾਂਟ ਆਈ ਸਰਕਾਰਾਂ ਨੂੰ ਬਸ ਆਹੀ ਜੀ 5-7 ਲੱਖ ਰੁਪਏ ਆਇਆ ਜੀ ਉਸ ਤੋਂ ਜ਼ਿਆਦਾ ਨਹੀਂ ਆਇਆ ਜੀ ਹਾਂਜੀ ਔਰ ਬੀਬੀ ਹਰਜਿੰਦਰ ਕੌਰ ਜੀ ਦੇ ਖਾਤੇ ਵਿੱਚ ਸਾਬਕਾ ਪੰਚਾਇਤ ਨੇ ਕੋਈ ਰਕਮ ਛੱਡੀ ਨਹੀਂ ਜੀ ਬਿਲਕੁਲ ਕੋਈ ਰਕਮ ਛੱਡੀ ਔਰ ਜੇਕਰ ਗੱਲ ਕੀਤੀ ਜਾਵੇ ਬੀਬੀ ਹਰਜਿੰਦਰ ਕੌਰ ਜੀ ਦੀ ਪੰਚਾਇਤ ਨੂੰ ਕਰੀ ਪੌਣੇ ਕੋ ਦੋ ਸਾਲ ਹੋ ਗਏ ਨੇ ਇਸ ਪੌਣੇ ਦੋ ਸਾਲ ਦੇ ਦੌਰਾਨ ਤੁਹਾਨੂੰ ਸਰਕਾਰ ਕਿੰਨੀਓ ਕਿੰਨੀ ਗ੍ਰਾਂਟ ਆਈ ਸਾਨੂੰ 17-18 ਲੱਖ ਰੁਪਈਆ ਜੀ ਪਿੰਡ ਤੇ ਲਾ ਚੁੱਕੇ ਆ ਜੀ ਜੀ ਗਾਂ ਸਾਨੂੰ ਅੱਗੇ ਵੀ ਬਹੁਤ ਉਮੀਦ ਆ ਜੀ ਸੰਧੂ ਸਾਹਿਬ ਸਾਡੇ ਪਿੰਡ ਦਾ ਬਹੁਤ ਵਧੀਆ ਕਰਵਾ ਰਹੇ ਆ ਜੀ ਜਿਹੜੀ ਅਸੀਂ ਮੰਗ ਰੱਖਦੇ ਆਂ ਜੀ ਸਾਡੀ ਪੂਰੀ ਹੁੰਦੀ ਆ ਜੀ ਜੀ ਹਾਂ ਜੀ ਆਪਾਂ ਜੇਕਰ ਗੱਲ ਕਰੀਏ ਹੁਣ ਐਮਐਲਏ ਇਲੈਕਸ਼ਨ ਸਮੇਂ ਜਦੋਂ ਇਲੈਕਸ਼ਨ ਹੋਈ ਦੁਬਾਰਾ ਤੇ ਉਸ ਸਮੇਂ ਸੰਧੂ ਸਾਹਿਬ ਨੇ ਕੁਝ ਪਿੰਡਾਂ ਨੂੰ ਐਮਪੀ ਫੰਡ ਵਿੱਚੋਂ ਪੈਸਾ ਦਿਵਾਇਆ ਸੀ ਕੀ ਤੁਹਾਡੇ ਪਿੰਡ ਨੂੰ ਪੈਸਾ ਆਇਆ ਹਾਂ ਜੀ ਹਾਂ ਜੀ ਆਇਆ ਜੀ ਤੇ ਤੁਹਾਡੇ ਪਿੰਡ ਵਿੱਚੋਂ ਸੰਧੂ ਸਾਹਿਬ ਨੇ ਕਿੰਨੀਆਂ ਵੋਟਾਂ ਲਈਆਂ ਸੀ ਵੋਟਾਂ ਤਾਂ ਵੈਸੇ ਲੋਕਾਂ ਨੂੰ ਉਹਦੇ ਮਨ ਦੇ ਵਿੱਚ ਫੂਲਕੇ ਵਾਲਾ ਡਰ ਸੀਗਾ ਜੀ ਵੀ ਬਾਹਰਲੇ ਬੰਦੇ ਆ ਇਹਨਾਂ ਨੇ ਜਿੱਤ ਕੇ ਫੇਰ ਨਹੀਂ ਰਹਿਣਾ ਇੱਥੇ ਵੋਟਾਂ ਵੈਸੇ ਘੱਟ ਪਈਆਂ ਸੀਗੀਆਂ ਜੀ ਚਲੋ ਫੇਰ ਵੀ ਸੰਧੂ ਸਾਹਿਬ ਬਹੁਤ ਸਾਡੀ ਮਦਦ ਕਰਦੇ ਆ ਜੀ ਬਹੁਤ ਸਹਿਯੋਗ ਦਿੰਦੇ ਛਾਨੂੰ ਜੇਕਰ ਗੱਲ ਕੀਤੀ ਜਾਵੇ ਖੰਜਰਵਾਲ ਪਿੰਡ ਦੀ ਤਾਂ ਤੁਹਾਡੇ ਪਿੰਡ ਦੀਆਂ ਕਿੰਨੀਆਂ ਗਲੀਆਂ ਦੇ ਕੰਮ ਹੋਣ ਵਾਲੇ ਆ ਤਕਰੀਬਨ ਅਸੀਂ ਅਜੇ ਸ਼ੁਰੂਆਤ ਹੀ ਕੀਤੀ ਆ ਜੀ ਅਜੇ ਤਾਂ ਅਸੀਂ 2-4 ਗਲੀਆਂ ਬਣਾਈਆਂ ਬਾਕੀ ਤਕਰੀਬਨ ਸਾਰਾ ਪਿੰਡ ਹੀ ਅਜੇ ਗਲੀਆਂ ਨਾਲੀਆਂ ਉਵੇਂ ਆ ਜੀ ਹਾਂਜੀ ਤੁਹਾਡੇ ਪਿੰਡ ਦੀ ਜਿਗ ਨਾਲੀਆਂ ਦੀ ਗੱਲ ਕਰੀ ਜਾਵੇ ਉਹਨਾਂ ਦਾ ਪਾਣੀ ਜਿਹੜਾ ਰੁਕਿਆ ਹੋਇਆ ਕੀ ਆਪਾਂ ਆਪਣੇ ਪਿੰਡ ਦੇ ਵਿੱਚ ਛੱਪੜਾਂ ਦੀ ਸਫਾਈ ਹਲੇ ਨਹੀਂ ਕੀਤੀ ਨਹੀਂ ਜੀ ਛੱਪੜਾਂ ਦਾ ਪਾਣੀ ਕੱਢਿਆ ਸੀਗਾ ਜੀ ਚਲੋ ਬਾਰਸ਼ ਸ਼ੁਰੂ ਹੋ ਗਈ ਚਲੋ ਆ ਬਾਰਸ਼ ਤੋਂ ਬਾਅਦ ਅਸੀਂ ਸਫਾਈ ਕਰਾਵਾਂਗੇ ਜੀ ਉਹ ਪਾਣੀ ਵੀ ਨਿਕਲ ਜਾਊਗਾ ਚਲੋ ਏਡੀ ਬਾਲੀ ਸਮੱਸਿਆ ਨਹੀਂ ਹੈਗੀ ਜੀ ਤੇ ਬਾਰਸ਼ ਤੋਂ ਬਾਅਦ ਅਸੀਂ ਛੱਪੜ ਡੂੰਗਾ ਕਰਵਾਵਾਂਗੇ ਔਰ ਆਪਣੇ ਮਨਰੇਗਾ ਵਰਕਰ ਕਿੰਨੇ ਆ 25-30 ਵਰਕਰ ਹੈਗੇ ਜੀ ਔਰ ਤੁਸੀਂ ਆਪਣੀ ਪਿੰਡ ਦੀ ਇਸ ਵਕਤ ਬਰਸਾਤ ਦਾ ਮੌਸਮ ਹੈ ਜਿਹੜੀਆਂ ਨਾਲੀਆਂ ਦਾ ਪਾਣੀ ਰੁਕਿਆ ਪਿਆ ਉੱਥੇ ਕਹਾ ਵੀ ਖੜਾ ਆ ਤੇ ਉਹ ਕਹਾ ਸਾਫ ਕਰਮਣਾ ਕਰਨ ਦੇ ਲਈ ਤੁਸੀਂ ਕਿਸੇ ਮਨਰੇਗਾ ਵਰਕਰ ਦੀ ਡਿਊਟੀ ਨਹੀਂ ਲਗਾਈ ਡਿਊਟੀ ਲਗਾਈ ਆ ਜੀ ਉਹ ਨਹਿਰ ਤੇ ਕੰਮ ਚੱਲਦਾ ਜੀ ਉਹ ਕੰਮ ਕੱਲ ਨੂੰ ਬੰਦ ਹੋ ਜਾਣਾ ਜੀ ਵੈਸੇ ਤਾਂ ਅੱਜ 31 ਤਰੀਕ ਅੱਜ ਬੰਦ ਹੋ ਜਾਊਗਾ ਜੀ ਕੱਲ ਤੋਂ ਪਿੰਡ ਦੇ ਵਿੱਚ ਹੀ ਸਫਾਈ ਕਰਨਗੇ ਜੀ ਹਾਂਜੀ ਹਰਬੰਸ ਜੀ ਜਿਸ ਸਮੇਂ ਪੰਜਾਬ ਦੇ ਵਿੱਚ ਕਰਫਿਊ ਔਰ ਲੋਕਡਾਊਨ ਅਨਾਉਂਸ ਹੋਇਆ ਸੀ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਿੰਡ ਵਾਸੀਆਂ ਨੂੰ ਕੀ ਕੀ ਸਹੂਲਤਾਂ ਦਿੱਤੀਆਂ? ਅਸੀਂ ਕੋਈ ਵੀ ਜੀ ਸੈਨੀਟਾਈਜ਼ਰ ਕਰਾਇਆ ਪਿੰਡ ਨੂੰ ਦੋ ਵਾਰ। ਬਾਕੀ ਰਾਸ਼ਨ ਦੀ ਸਮੱਸਿਆ ਆਈ ਉਹ ਵੀ ਸੰਧੂ ਸਾਹਿਬ ਨੇ ਜਾਨੋਂ ਰਾਸ਼ਨ ਦਿੱਤਾ ਜੀ ਕਿਟਾਂ। ਅਸੀਂ ਉਹ ਵੀ ਵੰਡਿਆ। ਫਿਰ ਅਸੀਂ ਗ੍ਰਾਂਡ ਦੇ ਵਿੱਚੋਂ ਰਾਸ਼ਨ ਲਿਆਂਦਾ ਜੀ ਅਸੀਂ ਉਹ ਵੀ ਵੰਡਿਆ। ਜਿਹੜੀ ਵੀ ਸਹੂਲਤ ਸੀਗੀ ਜੀ ਅਸੀਂ ਪਿੰਡ ਨੂੰ ਦਿੱਤੀ ਹੈ ਜੀ। ਤੇ ਕੈਪਟਨ ਸਾਹਿਬ ਦੇ ਕਿੰਨੇ ਰਾਸ਼ਨ ਦੇ ਥੱਲੇ ਆਏ? ਸਾਨੂੰ 70 75 ਥੈਲੇ ਆਏ ਸੀਗੇ ਜੀ। ਜੀ 75 ਥੱਲੇ ਤੇ ਕੈਪਟਨ ਸਾਹਿਬ ਦੀ ਫੋਟੋ ਲੱਗੀ ਸੀ ਹਾਂਜੀ ਹਾਂਜੀ ਲੱਗੀ ਸੀ ਕੈਪਟਨ ਸਾਹਿਬ ਦੀ ਤੇ 75 ਥੱਲੇ ਦੇ ਨਾਲ ਤਾਂ ਆਪਣੇ ਪਿੰਡ ਵਾਲਿਆਂ ਦੀ ਰੋਟੀ ਪਾਣੀ ਦਾ ਨਹੀਂ ਸਰਿਆ ਹਣਾ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਜੀ ਹੋਰ ਦਿੱਤਾ ਜੀ ਪੰਚਾਇਤ ਗ੍ਰਾਂਡ ਦੇ ਵਿੱਚੋਂ ਦਿੱਤਾ ਜੀ ਸਾਡੇ ਦਰਸ਼ਕਾਂ ਨੂੰ ਜੇਰਾ ਖੁੱਲਕੇ ਦੱਸੋ ਸਾਰਾ ਨਾ ਕਿਉਂਕਿ ਜੇਕਰ ਆਪਾਂ ਕਰਫਿਊ ਦੀ ਗੱਲ ਕਰੀਏ ਤਾਂ 노 ਡਾਊਟ ਆਪਾਂ ਨੂੰ 3 ਮਹੀਨੇ ਦਾ ਰਸ਼ਨ ਪੱਖੋਂ ਗਰੀਬ ਪਰਿਵਾਰਾਂ ਨੂੰ ਬਹੁਤ ਸਮੱਸਿਆ ਆਈ ਹੈ ਨਹੀਂ ਵੈਸੇ ਸਾਡੇ ਤਾਂ ਨਹੀਂ ਸਮੱਸਿਆ ਜਿੱਡੀ ਆਈ ਜਿਹੜਾ ਵੀ ਸੀਗਾ ਅਸੀਂ ਹੱਲ ਕਰਦੇ ਰਹੇ ਹਾਂ ਜੀ ਨੇ ਐਨਆਰਆਈਆਂ ਵੱਲੋਂ ਨਹੀਂ ਸਾਡੇ ਪਿੰਡ ਨੂੰ ਕੋਈ ਸੰਯੋਗ ਨਹੀਂ ਮਿਲਿਆ ਜੀ ਜਿਹੜਾ ਮਿਲਿਆ ਤਾਂ ਸਾਨੂੰ ਸੰਧੂ ਸਾਹਿਬ ਨੇ ਦਿੱਤਾ ਜੀ ਉਹ ਅਸੀਂ ਪਿੰਡ ਦੇ ਵਿੱਚ ਰਾਸ਼ਨ ਵੰਡਿਆ ਚਲੋ ਜਿਵੇਂ ਵੀ ਸੀਗਾ ਲੋਕਾਂ ਦਾ ਅਸੀਂ ਸਮਾਂ ਪਾਸ ਕੀਤਾ ਜੀ ਸਰ ਹਾਂਜੀ ਤੇ ਤੁਸੀਂ ਜਿੱਥੇ ਦੱਸਿਆ ਕਿ ਲੋਕਾਂ ਦਾ ਸਮਾਂ ਹੀ ਪਾਸ ਹੋਇਆ ਕਿ ਇੱਥੇ ਜੇਕਰ ਗੱਲ ਕਰੀਏ ਤੁਹਾਡੇ ਨਾਲ ਹੀ ਰਾਇਕੋਟ ਦਾ ਟਾਲੀ ਸਾਹਿਬ ਗੁਰਦੁਆਰਾ ਕਿ ਆਪਾਂ ਨੂੰ ਲੰਗਰ ਦੀ ਸਹੂਲਤ ਉੱਥੋਂ ਕੋਈ ਨਹੀਂ ਪਹੁੰਚਦੀ ਹੋਈ ਨੇ ਸਾਡੇ ਇੱਥੇ ਜਗ੍ਹਾ ਹੈਗੀ ਜੀ ਪੂਰੀ ਵਾਲੇ ਸੰਤਾਂ ਦੀ ਮਹਾਰਾਜ ਦੀ ਉਹਨਾਂ ਲਈ ਲੰਗਰ ਦੀ ਵੀ ਸੇਵਾ ਕਰਦੇ ਰਹੇ ਜੀ ਹਾਂਜੀ ਜਿਨ੍ਹਾਂ ਨੂੰ ਲੋੜ ਸੀਗੀ ਲੰਗਰ ਦੇ ਕੇ ਜਾਂਦੇ ਰਹੇ ਜੀ ਔਰ ਜੇਕਰ ਆਪਾਂ ਗੱਲ ਕਰੀਏ ਕਰਫੂ ਔਰ ਲੋਕਡਾਊਨ ਦੀ ਹੀ ਉਹਨਾਂ ਦਿਨਾਂ ਦੇ ਵਿੱਚ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਸੀਗੇ ਔਰ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਘਰੇਲੂ ਕਲੇਸ਼ ਕਿੰਨੇ ਸਾਹਮਣੇ ਆਏ ਸਾਡੇ ਪਿੰਡ ਦੇ ਵਿੱਚ ਤਾਂ ਜੀ ਕੋਈ ਘਰੇਲੂ ਕੁਲੇਜ ਨਹੀਂ ਸਾਹਮਣੇ ਆਇਆ ਅਸੀਂ ਸੜਕਾਂ ਦੇ ਉੱਤੇ ਨਾਕੇ ਵੀ ਲਾਉਂਦੇ ਰਹੇ ਹਾਂ ਜੀ ਪਿੰਡ ਅਸੀਂ ਕੋਈ ਬਾਹਰਲਾ ਬੰਦਾ ਪਿੰਡ ਦੇ ਵਿੱਚ ਆਉਣ ਵੀ ਨਹੀਂ ਦਿੱਤਾ ਅਸੀਂ ਪਿੰਡੋਂ ਬਾਹਰਲਾ ਆਪਦੇ ਪਿੰਡ ਦਾ ਬੰਦਾ ਕੋਈ ਬਾਹਰ ਜਾਣ ਨਹੀਂ ਦਿੱਤਾ ਜੇ ਕਿਸੇ ਨੇ ਦਵਾਈ ਬੂਟੀ ਨੂੰ ਜਾਣਾ ਸੀਗਾ ਸਾਤੋਂ ਲਿਖਵਾ ਕੇ ਲੈ ਕੇ ਜਾਂਦੇ ਸੀਗੇ ਜੀ ਉਹ ਦਵਾਈ ਬੂਟੀ ਲੈ ਆਉਂਦੇ ਸੀ ਕੋਈ ਘਰੇਲੂ ਕੁਲੇਜ ਕੋਈ ਨਹੀਂ ਹੋਇਆ ਜੀ ਆਹ ਹਰਪਾਂਸੀ ਜੇਕਰ ਗੱਲ ਕਰੀਏ ਨਸ਼ੇ ਦੀ ਤਾਂ ਤੁਹਾਡੇ ਪਿੰਡ ਖੰਜਰਵਾਲ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਨੇ ਸਾਡੇ ਪਿੰਡ ਦੇ ਵਿੱਚ ਨਸ਼ੇ ਦਾ ਜੀ ਹਜੇ ਤੱਕ ਨਾ ਕੋਈ ਚਿੱਟੇ ਨਾ ਕੋਈ ਇਹੋ ਜੀ ਗੱਲ ਹੋਈ ਆ ਨਾ ਕੋਈ ਸਾਡੇ ਮੁੰਡਾ ਹੈਗਾ ਜੀ ਇਹੋ ਜਿਹਾ ਕੋਈ ਸਾਡੇ ਬਹੁਤ ਵਧੀਆ ਮੁੰਡੇ ਵਾਲੀਬਾਲ ਖੇਡਦੇ ਆ ਜੀ ਤਿੰਨ ਜਗ੍ਹਾ ਨੈਟ ਲੱਗੇ ਹੋਇਆ ਜੀ ਸਾਡੇ ਪਿੰਡ ਦੀ ਟੀਮ ਤਕਰੀਬਨ ਤਕਰੀਬਨ ਹਰੇਕ ਜਗ੍ਹਾ ਤੋਂ ਫਾਸਟ ਆਉਂਦੀ ਆ ਜੀ ਮੁੰਡੇ ਬਹੁਤ ਵਧੀਆ ਉਪਰਾਲਾ ਕਰਦੇ ਆ ਜੀ ਨਸ਼ੇ ਨੇ ਕਿਸੇ ਮੁੰਡੇ ਦਾ ਧਿਆਨ ਵੀ ਨਹੀਂਗਾ ਜੀ ਨਾ ਸਾਡੇ ਅਜ ਤੱਕ ਪਿੰਡੋਂ ਨਸ਼ੇ ਵਾਲਾ ਮੁੰਡਾ ਕੋਈ ਫੜ ਹੋਇਆ ਨਾ ਕੋਈ ਵੇਚਦਾ ਨਾ ਕੋਈ ਖਾਂਦਾ ਜੀ ਮੌਜੂਦਾ ਐਮ.ਐਲ.ਏ ਸਰਦਾਰ ਮਨਪ੍ਰੀਤ ਸਿੰਘ ਈਆਲੀ ਔਰ ਸਾਡੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੱਜੀ ਮਾਂ ਓ.ਐਸ.ਡੀ ਸੰਦੀਪ ਸੰਧੂ ਜੀ ਨੂੰ ਮੁਬਾਰਕਾਂ ਨੇ ਕਿ ਪਿੰਡ ਖੰਜਰਵਾਲ ਹਰਪੰਸ ਸਿੰਘ ਜੀ ਦੇ ਦੱਸੇ ਹੋਏ ਸ਼ਬਦਾਂ ਦੇ ਹਿਸਾਬ ਦੇ ਨਾਲ ਪਿੰਡ ਖੰਜਰਵਾਲ ਨਸ਼ਾ ਮੁਕਤ ਹੈ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀਆਂ ਨੌਜਵਾਨਾਂ ਦੀ ਤੁਸੀਂ ਦੱਸਿਆ ਕਿ ਨੌਜਵਾਨ ਖੇਡਦੇ ਨੇ ਪਰ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚੋਂ ਕਿੰਨੇ ਬੱਚੇ ਨੇ ਜਿਹੜੇ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਤੇ ਖੇਡ ਕੇ ਆਏ ਨੇ ਸਟੇਟ ਲੈਵਲ ਤੇ ਤਾਂ ਨਹੀਂ ਜਿਹੜੇ ਗਏ ਜਿਹੜੇ ਆਮ ਪਿੰਡਾਂ ਦੇ ਵਿੱਚ ਟੂਰਨਾਮੈਂਟ ਚੱਲਦੇ ਆ ਜੀ ਜੀ ਉਹਨਾਂ ਦੇ ਵਿੱਚ ਤਕਰੀਬਨ ਹਰੇਕ ਜਗ੍ਹਾ ਸੈਕੰਡ ਦਾ ਆਉਂਦਾ ਹੀ ਆਉਂਦਾ ਆ ਬਾਕੀ ਫਾਸਟ ਬਹੁਤ ਆਏ ਜੀ ਜੀ ਔਰ ਅਸੀਂ ਚਾਹਾਂਗੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਸੀਂ ਤੁਹਾਡੇ ਐਮਐਲਏ ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਨੂੰ ਆਪਣੇ ਪਿੰਡ ਦੇ ਵਿਕਾਸ ਕੰਮਾਂ ਦੀ ਗਰੰਟੀ ਲਈ ਇੱਕ ਸੁਨੇਹਾ ਦਿਓ ਅਸੀਂ ਕਹਿੰਨੇ ਜੀ ਐਮਐਲਏ ਸਾਹਿਬ ਸਾਨੂੰ ਗ੍ਰਾਂਟ ਦੇਣ ਅਸੀਂ ਪਿੰਡ ਦਾ ਹੋਰ ਵੀ ਵਧੀਆ ਕਰੀਏ ਜੀ ਜਿੰਨਾ ਵੀ ਕੰਮ ਹੋ ਸਕੇ ਅਸੀਂ ਵੱਧ ਤੋਂ ਵੱਧ ਕਰਾਈਏ ਮੌਜੂਦਾ ਐਮਐਲਏ ਸਾਹਿਬ ਆ ਜੀ ਚਲੋ ਅੱਗੇ ਵੀ ਉਹਨਾਂ ਨੇ ਬਹੁਤ ਕੰਮ ਕਰਵਾਏ ਜੇ ਹੁਣ ਵੀ ਸਾਨੂੰ ਦੇਣ ਅਸੀਂ ਜਰੂਰ ਕੰਮ ਹੋਰ ਕਰਵਾਈਏ ਜੀ ਵੱਧ ਚੜ ਕੇ ਕੰਮ ਕਰੀਏ ਜੀ ਔਰ ਸਿਟੀ ਲਾਈਵ ਚੈਨਲ ਦੇ ਜ਼ਰੀਏ ਹੀ ਤੁਸੀਂ ਤੁਹਾਡੇ ਕਾਂਗਰਸੀਆਂ ਦੇ ਦਿਲਾਂ ਦੀ ਧੜਕਨ ਓਐਸਡੀ ਸੰਦੀਪ ਸੰਧੂ ਜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੰਦੀਪ ਸੰਧੂ ਜੀ ਦਾ ਸੁਣਿਆ ਸਾਡਾ ਇਹ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਨੂੰ ਜਦੋਂ ਵੀ ਕੋਈ ਸਮੱਸਿਆ ਆਉਂਦੀ ਆ ਜੀ ਸਾਡੇ ਨਾਲ ਖੜਦੇ ਆ ਕੋਈ ਵੀ ਕੰਮ ਕਹਿ ਦਈਏ ਜੀ ਉਹ ਉਸੇ ਟਾਈਮ ਹੀ ਸਾਡਾ ਕੰਮ ਕਰਵਾਉਂਦੇ ਆ ਜੀ ਔਰ ਜੇਕਰ ਗੱਲ ਕਰੀਏ ਤੁਹਾਡੇ ਐਮਪੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੀ ਕੀ ਉਹ ਜਿੱਤ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚ ਆਏ ਨਹੀਂ ਜੀ ਹਜੇ ਤੱਕ ਨਹੀਂ ਆਏ ਤੁਹਾਡੇ ਬਲਾਕ ਵਿੱਚ ਆਏ ਕਿਉਂਕਿ ਤੁਹਾਨੂੰ ਬਲਾਕ ਪੈਂਦਾ ਸਿਦਵਾ ਬੇਟ ਤੋਂ ਬਲਾਕ ਚ ਆ ਜਾਂਦੇ ਆ ਜੀ ਇਉਂ ਤਾਂ ਆਇਆ ਦੋ ਚਾਰ ਵਾਰ ਵੈਸੇ ਪਿੰਡ ਪੱਦਰ ਤੇ ਨਹੀਂ ਆਏ ਜੀ ਤੇ ਪਿੰਡ ਪੱਦਰ ਤੇ ਤੁਸੀਂ ਬੀਬੀ ਹਰਜਿੰਦਰ कौर ਜੀ ਵੱਲੋਂ ਐਮਪੀ ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਸੁਨੇਹਾ ਇਹ ਹੀ ਦੇਣਾ ਚਾਹੁੰਦੇ ਆ ਜੀ ਸਾਡੇ ਐਮਪੀ ਸਾਹਿਬ ਨੇ ਸਾਡੇ ਪਿੰਡ ਆਉਣ ਸਾਡੇ ਪਿੰਡ ਦੀਆਂ ਸਮੱਸਿਆ ਸੁਣਨ ਜੋ ਵੀ ਸਾਡੇ ਪਿੰਡ ਨੂੰ ਜ਼ਰੂਰਤ ਆ ਜੀ ਉਹ ਜ਼ਰੂਰਤ ਪੂਰੀ ਕਰਨ ਅਸੀਂ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਸਾਨੂੰ ਨੇੜੇ ਹੋ ਕੇ ਆ ਕੇ ਵੇਖਣ ਪਤਾ ਲੱਗੇ ਜੀ ਪਿੰਡ ਦੇ ਵਿੱਚ ਕੀ ਸਮੱਸਿਆ ਉਹ ਅਸੀਂ ਉਹਦਾ ਹੱਲ ਕਰਕੇ ਜਾਣ ਜੀਓ ਸਿਟੀ ਲਾਈਵ ਨੂੰ ਇੱਕ ਸੁਨੇਹਾ ਅਸੀਂ ਵੀ ਦੇਣਾ ਚਾਹਾਂਗੇ ਕਿ ਹਲਕਾ ਦਾਖਾ ਨੂੰ ਜੇਕਰ ਗੱਲ ਕੀਤੀ ਜਾਵੇ ਸ਼ੇਰ ਨਹੀਂ ਮਿਲੇ ਤਿੰਨ ਬੱਬਰ ਸ਼ੇਰ ਮਿਲੇ ਹੋਏ ਨੇ ਜਿਨ੍ਹਾਂ ਵਿੱਚੋਂ ਐਮ ਐਲ ਏ ਸਰਦਾਰ ਮਨਪ੍ਰੀਤ ਸਿੰਘ ਈਆਲੀ ਦੂਸਰੇ ਬੱਬਰ ਸ਼ੇਰ ਓ ਐਸ ਡੀ ਸੰਦੀਪ ਸੰਧੂ ਔਰ ਇਹਨਾਂ ਤੋਂ ਉੱਪਰ ਦੀ ਜੇਕਰ ਗੱਲ ਕਰੀਏ ਇਹਨਾਂ ਦੋਨਾਂ ਤੋਂ ਜ਼ਿਆਦਾ ਬੱਬਰ ਸ਼ੇਰ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਪਰ ਫੇਰ ਵੀ ਪਿੰਡ ਖੰਜਰਵਾਲ ਦੇ ਕੰਮ ਬਹੁਤ ਪਿੱਛੇ ਪਈ ਨੇ ਅਸੀਂ ਸਿਟੀ ਲਾਈਵ ਚੈਨਲ ਦੇ ਜ਼ਰੀਏ ਇਹਨਾਂ ਤਿੰਨ ਤਿੰਨ ਨੂੰ ਸੁਨੇਹਾ ਦੇਣਾ ਚਾਹਾਂਗੇ ਕਿ ਕਿਰਪਾ ਕਰਕੇ ਪਿੰਡ ਖੰਜਰ ਵਾਲੀ ਤੁਹਾਡਾ ਆਪਣਾ ਹੈ ਤੇ ਦੁਬਾਰਾ ਫਿਰ ਇਲੈਕਸ਼ਨ ਆਉਣ ਵਾਲੀ ਹੈ 2022 ਨੂੰ ਹੀ ਧਿਆਨ ਵਿੱਚ ਰੱਖ ਲਓ 팀 ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਜੇਕਰ ਤੁਸੀਂ ਦੁਬਾਰਾ ਫਿਰ ਆਪਣੀ ਐਮਐਲਏ ਦੀ ਜਿੱਤ ਲੈਣੀ ਹੈ ਪਿੰਡ ਖੰਜਰਵਾਲ ਦੇ ਵਿੱਚ ਗ੍ਰਾਂਟ ਦਿਓ ਕਿਉਂਕਿ ਇਸ ਪਿੰਡ ਦੇ ਹਾਲਾਤ ਸਿਟੀ ਲਾਈਵ ਟੀਮ ਨੇ ਜੋ ਸਰਵੇ ਕੀਤਾ ਹੈ ਬਹੁਤ ਹੀ ਮਾੜੇ ਨੇ ਪਿੰਡ ਦੇ ਵਿੱਚ ਸਟੀਟ ਲਾਈਟ ਦੀ ਸਹੂਲਤ ਨਹੀਂ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਕੰਮ ਹੋਣ ਵਾਲੇ ਆ ਇੱਥੋਂ ਤੱਕ ਕਿ ਪਿੰਡ ਦੇ ਜੋ ਵਸਨੀਕ ਨੇ ਉਹਨਾਂ ਨੇ ਕਰਫਿਊ ਔਰ ਲਾਕਡਾਊਨ ਦੇ ਦੌਰਾਨ ਰਾਸ਼ਨ ਬਕੋ 75 ਕੁ ਥੈਲੇ ਜ਼ਰੂਰ ਇਥੇ ਪਹੁੰਚੇ ਨੇ ਪਰ ਸਮਾਂ ਹੀ ਪਾਸ ਕੀਤਾ ਆ ਬੀਬੀ ਹਰਜਿੰਦਰ ਕੌਰ ਦੀ ਪਿੰਡ ਖੰਜਰਵਾਲ ਦੇ ਇਹਨਾਂ ਦੇ ਅੱਗੇ ਦੇ ਕੰਮਕਾਰਾਂ ਦਾ ਵੇਰਵਾ ਜਾਣਨ ਦੇ ਲਈ ਸਿਟੀ ਲਾਈਵ ਚੈਨਲ ਨਾਲ ਜੁੜੇ ਰਹੋ ਸਿਟੀ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਓ ਸਿਟੀ ਲਾਈਵ ਤੋਂ ਮੈਂ ਅਨੁਸ਼ਰਮਾ ਕੈਮਰਾਮੈਨ ਗੁਰਪ੍ਰੀਤ ਢਿੱਲੋਂ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ ਸਿਟੀ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਓ